अस्सलाम वालेकुम मैं हूं आपकी मेज़बान नगीना शफकत और आप देख रहे हैं लोकल न्यूज़ टीवी हमारे रिश्तेदारों ने हमारे रकबे पर दर्जनों افراد ने हल्ला बोल दिया वन फाइव पर इतला दी गई पुलिस ने मौका पर पहुँच हमारी जान बचाई मगर पुलिस ने दूसरी फ्री पार्टी से साजबाज होकर मेरे सगे भाइयों पर निजी टॉर्चर सेल में ले जाकर श्द तशद किया एक भाई को छोड़ दिया गया मगर दूसरे भाई को ताहाल थाना सिटी खानेवाल पुलिस ने अपनी नाजायज़ हरासत में रखा हुआ है अफसर आने वाला हमें इंसाफ फ़राहम करे बसूरत दिगर हम सख्त एहतजाज करेंगे مزید غلام نبی ہمارے ساتھ ہیں ان سے سنتے ہیں آج کی ان کی ظلم کی داستان غلام نبی میرا نام ہے جی میں 168 چکداریشی ہوں جی میرے رقبے دے اوپر حملہ ہویا ایا جی اسی اپنے گھر دے وچ موجود سیگے او نفری آئی ا اونال پھڑ کے میرا سارا گھر جڑا انہوں نے ٹا ٹو دتا ਉਹ ਉੱਤੋਂ ਡੰਡੇ ਛੋਟੇ ਲਾ ਕੇ ਸਾਨੂੰ ਸਾਨੂੰ ਪੈ ਗਿਆ ਮੇਰੇ ਰਕਬੇ ਦੇ ਉੱਤੇ ਕਬਜ਼ਾ ਕਰਕੇ ਉਹ ਬਹਿ ਗਿਆ ਅਸੀਂ 15 ਤੇ ਕਾਲ ਕੀਤੀ ਆ ਪੁਲਿਸ ਨੂੰ ਮੁੱਕ ਤੇ ਗਈ ਆ ਜਾ ਕੇ ਉਹਨਾਂ ਨੇ ਦੇਖਿਆ ਵਾ ਉਹਨਾਂ ਨੇ ਉਹਨਾਂ ਨੂੰ ਭਜਾਇਆ ਵਾ ਉਥੋਂ ਸਾਨੂੰ ਉਥੋਂ ਥਬਾ ਦਿੱਤਾ ਵਾ ਹੁਣ ਜਿਹੜਾ ਵਾ ਉਹਨਾਂ ਨੇ ਫਿਰ ਮੇਰਾ ਭਾਈ ਨੂੰ ਫੜ ਕੇ ਲੈ ਕੇ ਗਏ ਨੇ ਤੇ ਫਿਰ ਉਹਨਾਂ ਦੇ ਬੰਦੇ ਫੜ ਕੇ ਲੈ ਕੇ ਗਏ ਨੇ ਸਾਰੀ ਦਿਹਾੜੀ ਉੱਥੇ ਭਾਈ ਰੱਖਿਆ ਥਾਣੇ ਦੇ ਵਿੱਚ ਲਾ ਜਾ ਕੇ ਸ਼ਾਮ ਨੂੰ ਉਹਨਾਂ ਕੋਲੋਂ ਪੈਸੇ ਲੈ ਕੇ ਉਹਨਾਂ ਦੇ ਬੰਦੇ ਛੱਡ ਦਿੱਤੇ ਆ ਸਾਡੇ ਬੰਦੇ ਨੂੰ ਨਾਲ ਲੈ ਕੇ ਕਿਸੇ ਦੇ ਡੇਰੇ ਦੇ ਉੱਤੇ ਲਾ ਕੇ ਉੱਥੇ ਮਾਰ ਪੀਟ ਕੀਤੀ ਆ ਬਹੁਤ ਜ਼ਿਆਦਾ ਉਹ ਇੰਨੀਆਂ ਗਲਾਸਾਂ ਪਾਈਆਂ ਕੋਈ ਬੇਹੱਦ ਫਿਰ ਦੂਸਰਾ ਮੇਰਾ ਭਾਈ ਉਹਦਾ ਪਤਾ ਕਰਨ ਵਾਸਤੇ ਥਾਣੇ ਗਿਆ ਵਾ ਐਸਐਸਓ ਦੇ ਸਾਹਿਬ ਪੇਸ਼ ਹੋਇਆ ਵਾ ਵਾ ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਉਹ ਬੰਦਾ ਕਿੱਥੇ ਆ ਉਹਨੇ ਆਖਿਆ ਉਹ ਤਾਂ ਹੈ ਨਹੀਂਗਾ ਉਹ ਤਾਂ ਫਲਾਨੀ ਜਗ੍ਹਾ ਤੇ ਗਿਆ ਵਾ ਉਥਲ ਜਾ ਕੇ ਉਹ ਉਹਨੂੰ ਛੱਡ ਦਿੱਤਾ ਭਾਈ ਮੇਰੇ ਨੂੰ ਤੇ ਦੂਸਰੇ ਭਾਈ ਮੇਰੇ ਨੂੰ ਉਥੇ ਭਾ ਕੇ ਉਹਨੂੰ ਥਾਣੇ ਲਿਜਾ ਕੇ ਉਹ ਟਕਿਆ ਹੋਇਆ ਵਾ ਸਾਨੂੰ ਮਿਹਰਬਾਨੀ ਕਰਕੇ ਨਸਾਫ ਚਾਹੀਦਾ ਜੀ ਅਸੀਂ ਗਰੀਬ ਬੰਦੇ ਆ ਸਾਡੇ ਉਹ ਰਿਸ਼ਤੇਦਾਰ ਆਹੋ ਉਹ ਹੁਣ ਫਿਰ ਜਿਹੜਾ ਵਾ ਅਸਲੇ ਦੇ ਸਾਥ ਔਰਤਾਂ ਬੰਦੇ ਲੈ ਕੇ ਪਹਾੜੀਆਂ ਲੈ ਕੇ ਉਹ ਮੌਜੂਦ ਆ ਉਥੇ ਇਕੱਠੇ ਹੋਏ ਖੜੋਤੇ ਨੇ ਉਸਰ ਜਾ ਕੇ ਸਾਡੀ ਰਕਮੇ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਇਸ ਟਾਈਮ ਉਹ ਉਥੇ ਮੌਜੂਦ ਆ ਜੀ 03047105846 غلام نبی ਮੇਰਾ ਨਾਜੀ 168 ਚੱਕ ਦਾ ਰੈਸ਼ੀਆ ਜੀ